ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਅਮਨਜੋਤ ਕੌਰ ਜੀ ਚੰਡੀਗੜ੍ਹ ਤੋਂ, ਪੰਜਾਬ ਤੋਂ। ਇਹ ਲਿਖਦੇ ਹਨ ਤੇ ਇਹਨਾਂ ਦੇ ਆਪਾਂ ਜਿਹੜੇ ਪੰਜ ਇਸ਼ੂ ਸਨ ਉਹ ਆਪਾਂ ਅਲੱਗ ਅਲੱਗ ਸੈਗਮੈਂਟ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਤੇ ਇਹਨਾਂ ਦਾ 6ਵਾਂ ਇਸ਼ੂ ਹੈਗਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣਾ ਲਗਾਤਾਰ ਜਾਰੀ। ਭਾਰਤੀ ਫੌਜ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਮਾਰੇ ਗਏ ਫੌਜੀਆਂ ਨੂੰ ਸਨਮਾਨਿਤ ਕੀਤਾ ਅਤੇ ਮੀਡੀਆ ਨੇ ਉਸ ਨੂੰ ਪੂਰਾ ਖਬਰਾਂ ਵਿੱਚ ਦਿਖਾਇਆ। ਕਹਿਣ ਨੂੰ ਧਰਮ ਨਿਰਪੱਖ ਮੀਡੀਆ ਦੇ ਕਮੈਂਟ ਨੇ ਫੌਜੀ ਕਾਰਵਾਈ ਨੂੰ ਜ਼ਰੂਰੀ ਦੱਸਦਿਆਂ ਇੱਕ ਮੁਸਲਮਾਨ ਫੌਜੀ ਅਫਸਰ ਨੂੰ ਇੰਟਰਵਿਊ ਕੀਤਾ ਜੋ ਇਸ ਆਪਰੇਸ਼ਨ ਵਿੱਚ ਸ਼ਾਮਲ ਸੀ, ਜਿਸ ਨੇ ਇਹ ਰੱਟ ਲਾਈ ਰੱਖੀ ਕਿ ਅੱਤਵਾਦੀਆਂ ਕੋਲ ਬੜੇ ਹਥਿਆਰ ਸਨ ਅਤੇ ਕਿੰਨਾ ਜ਼ਰੂਰੀ ਬਣ ਗਿਆ ਸੀ ਹਮਲਾ ਕਰਨਾ। ਹੁਣ ਪਿੱਛੇ ਜੇ ਯੂਪੀ ਵਿੱਚ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਗਿਆ ਤੇ ਉਸਦੇ ਹਿੰਦੂ ਗੁਆਂਢੀਆਂ ਵੱਲੋਂ ਉਸਦੇ ਸੁੱਤੇ ਪਏ ਦੇ ਕੇਸ ਕਤਲ ਕਰ ਦਿੱਤੇ ਗਏ। ਜਦੋਂ ਸਿੱਖਾਂ ਨੇ ਆਵਾਜ਼ ਚੁੱਕੀ ਤਾਂ ਇਹ ਖਬਰ ਮੀਡੀਆ ਵਿੱਚੋਂ ਗਾਇਬ ਕਰ ਦਿੱਤੀ ਗਈ ਅਤੇ ਪੁਲਿਸ ਨੇ ਨੌਜਵਾਨ ਕੋਲੋਂ ਇਕਬਾਲੀਆ ਬਿਆਨ ਤੇ ਦਸਤਖਤ ਕਰਵਾਏ ਕਿ ਉਸਨੇ ਆਪ ਹੀ ਆਪਣੇ ਕੇਸ ਕਤਲ ਕੀਤੇ ਹਨ। ਮੀਡੀਆ ਨੇ ਫਿਰ ਬਾਅਦ ਵਿੱਚ ਖਬਰ ਦਿੱਤੀ ਕਿ ਸਿੱਖ ਨੌਜਵਾਨ ਨੇ ਫਿਰਕੂ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਯੂਪੀ ਪੁਲਿਸ ਨੇ ਸਥਿਤੀ ਸੰਭਾਲ ਲਈ। ਵੱਖੋ ਵੱਖਰੇ ਇਮਤਿਹਾਨਾਂ ਵਿੱਚ ਸਿੱਖ ਵਿਦਿਆਰਥੀਆਂ ਨੂੰ ਬੇਇੱਜ਼ਤ ਕਰਨਾ ਅਤੇ ਉਨ੍ਹਾਂ ਦੀ ਦਸਤਾਰ, ਕੜਾ ਅਤੇ ਕਿਰਪਾਨ ਨੂੰ ਨਿਸ਼ਾਨਾ ਬਣਾਉਣਾ ਆਮ ਜਿਹੀ ਗੱਲ ਹੈ। ਕਸ਼ਮੀਰੀ ਸਿੱਖਾਂ ਨਾਲ ਕੀਤੇ ਵਾਅਦੇ ਹੁਣ ਤੱਕ ਵਿਸਾਰੇ ਗਏ ਹਨ, ਭਾਵੇਂ ਉਹ ਵਾਰ ਵਾਰ ਚੇਤਾ ਕਰਾ ਰਹੇ ਹਨ। ਕੋਈ ਵੀ ਮਨੁੱਖੀ ਅਧਿਕਾਰ ਜਥੇਬੰਦੀ ਸਿੱਖ ਹੱਕਾਂ ਦੀ ਗੱਲ ਨਹੀਂ ਕਰਦੀ, ਭਾਵੇਂ ਕਸ਼ਮੀਰ ਵਿੱਚ ਮੀਡੀਆ 24/7 ਐਕਟਿਵ ਰਹਿੰਦਾ ਹੈ। ਜਿਹੜਾ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਸ਼ੋਸ਼ਾ ਕੀਤਾ ਗਿਆ, ਉਸ ਵਿੱਚ ਕੋਈ ਅੰਮ੍ਰਿਤਧਾਰੀ ਸਾਬਤ ਸੂਰਤ ਖਾਲਸਾ ਸ਼ਾਮਲ ਨਹੀਂ ਸੀ ਅਤੇ ਕੋਨੇ ਮੋਨਿਆਂ ਕੋਲੋਂ ਜਿਹੜੇ ਕਲੀਨ ਸ਼ੇਵਨ ਸਨ ਉਹਨਾਂ ਕੋਲੋਂ ਕਵਿਤਾਵਾਂ ਗਵਾਈਆਂ ਗਈਆਂ ਅਤੇ ਪਲੇ ਰਚਾਇਆ ਗਿਆ। ਇਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਿਆ ਸੀ। ਬੇਸ਼ਰਮ ਪ੍ਰਕਾਸ਼ ਸਿੰਘ ਬਾਦਲ ਨੇ ਇੱਥੋਂ ਤੱਕ ਕਿਹਾ ਕਿ ਹਰਿਮੰਦਰ ਸਾਹਿਬ ਇੱਕ ਮੰਦਰ ਹੈ ਅਤੇ ਇਹ ਕਿਸੇ ਇੱਕ ਧਰਮ ਦਾ ਨਹੀਂ, ਇਹ ਸਾਰਿਆਂ ਦਾ ਸਾਂਝਾ ਤੇ ਕਿਵੇਂ ਸਿੱਖਾਂ ਨੇ ਭਾਰਤ ਲਈ ਕੁਰਬਾਨੀਆਂ ਕੀਤੀਆਂ ਤੇ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀਤਾ। ਸਾਰਾ ਈਵੈਂਟ ਅਤੇ ਸਾਰੇ ਸਿੱਖ ਭਗਵੇਂ ਰੰਗ ਵਿੱਚ ਰੰਗੇ ਸਨ ਤੇ ਖਾਲਸਾ ਯੋਧਿਆਂ ਨੂੰ ਭਗਵੇਂ ਝੰਡੇ ਫੜਾਏ ਸਨ। ਜ਼ੀ ਨਿਊਜ਼ ਨੇ ਰਿਪੋਰਟ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਬੈਰਾਗੀ ਸੀ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਦੀਕਸ਼ਾ ਲਈ। ਉਹਨਾਂ ਨੇ ਨਾਮ ਨਾਲ ਸਿੰਘ ਵੀ ਨਹੀਂ ਲਾਇਆ ਤੇ ਫਿਰ ਮੁਗਲਾਂ ਦੇ ਨਾਲ ਲੜਿਆ। ਜਿਹੜੀ ਭਾਸ਼ਾ ਵਰਤੀ ਗਈ ਅਤੇ ਜਿਸ ਹਿਸਾਬ ਨਾਲ ਇਸ ਇਵੈਂਟ ਨੂੰ ਪੇਸ਼ ਕੀਤਾ ਗਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੁਸਤਾਨ ਦਾ ਆਈਕੋਨ ਬਣਾ ਕੇ ਪੇਸ਼ ਕੀਤਾ ਗਿਆ, ਨਾ ਕਿ ਸਿੱਖਾਂ ਦਾ। ਮਲੇਰਕੋਟਲੇ ਵਿਖੇ ਕੀਤੀ ਗਈ ਕੁਰਾਨ ਦੀ ਬੇਅਦਬੀ ਦੇ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਫੜ ਲਿਆ ਜਾਂਦਾ ਹੈ ਅਤੇ ਮੀਡੀਆ ਵੀ ਇਸ ਪਿੱਛੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੰਦੇ ਦਾ ਹੱਥ ਹੋਣ ਦੀ ਗੱਲ ਨੂੰ ਦਿਖਾਉਣ ਤੋਂ ਗੁਰੇਜ਼ ਨਹੀਂ ਕਰਦਾ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਅੱਜ ਵੀ ਕਰ ਰਹੇ ਹਨ ਉਹ ਅੱਜ ਵੀ ਖੁੱਲੇ ਘੁੰਮ ਰਹੇ ਹਨ। ਜਦੋਂ ਅੰਗ ਪਾੜੇ ਗਏ ਤਾਂ ਉਹਨਾਂ ਉੱਪਰ ਮੋਦੀ ਜਿੰਦਾਬਾਦ ਅਤੇ RSS ਜਿੰਦਾਬਾਦ ਲਿਖਿਆ ਗਿਆ ਸੀ। ਇਹ ਸਾਡੀ ਅਖੌਤੀ ਪੰਥ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਤੇ ਇਲਜ਼ਾਮ ਲਗਾ ਕੇ ਸਿੱਖ ਡਾਇਸਪੋਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਬੇਕੂਫਾਂ ਵਾਂਗ ਇਸ ਪਿੱਛੇ ਪਾਕਿਸਤਾਨ ਦਾ ਹੱਥ ਦੱਸਿਆ ਜਾ ਰਿਹਾ ਹੈ। ਇੱਥੋਂ ਤੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਫਿਲਮੀ ਜਿਹੀ ਹੋ ਨਿਬੜੀ ਤੇ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਪਹਿਚਾਨਣ ਵਿੱਚ ਵੀ ਨਾਕਾਮਯਾਬ ਰਹੀ। ਸਾਰਾ ਸਿੱਖ ਲਾਈਵਜ਼ ਮੈਟਰ ਮੁਹਿੰਮ ਧਰਨੇ ਮੁਜ਼ਾਹਰੇ USCIRF ਦੀਆਂ ਚੇਤਾਵਨੀਆਂ US ਸੈਨੇਟਰਾਂ ਦੀਆਂ ਭਾਰਤ ਨੂੰ ਲਿਖੀਆਂ ਚਿੱਠੀਆਂ ਤੇ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਯਤਨ ਖੂਹ ਵਿੱਚ ਗਏ ਜਾਪਦੇ ਹਨ ਕਿਉਂਕਿ ਇੱਕ ਵਾਰ ਫਿਰ ਭਾਰਤ ਅਤੇ ਪੰਜਾਬ ਸਰਕਾਰ ਨੇ ਸਿੱਖਾਂ ਨੂੰ ਠੈਂਗਾ ਦਿਖਾ ਦਿੱਤਾ ਹੈ ਜਿਵੇਂ ਉਨ੍ਹਾਂ ਲਈ ਇਹ ਸਭ ਕੱਖ ਵੀ ਨਾ ਹੋਵੇ। ਇੱਕ ਸਿੱਖ ਨੌਜਵਾਨ ਨੂੰ ਪਿੱਛੇ ਜੇ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੀਡੀਆ ਨੇ ਕਿੰਨਾ ਰੌਲਾ ਪਾਇਆ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਲੀਪਰ ਸੈੱਲ ਬੇਨਕਾਬ ਕੀਤਾ।
ਕਿਸੇ ਨੇ ਨਹੀਂ ਕੋਖਿਆ ਕਿ ਕੀ ਉਸ ਨੂੰ ਐਵੇਂ ਝੂਠੇ ਕੇਸ ਵਿੱਚ ਤਾਂ ਨਹੀਂ ਫਸਾਇਆ ਗਿਆ। ਰਿਪੇਅਰ ਦੇ ਨਾਂ ਹੇਠ ਸਿੱਖ ਵਿਰਾਸਤ ਨੂੰ ਤਬਾਹ ਕਰਨਾ ਜਾਰੀ ਹੈ। ਸਿੱਖਾਂ ਨੂੰ ਮੁਆਵਜ਼ੇ ਦਾ ਵਾਅਦਾ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਮੀਡੀਆ ਅਤੇ ਸਰਕਾਰ ਕਹਿੰਦੇ ਹਨ ਪੀੜਤ ਲੱਭ ਨਹੀਂ ਰਹੇ ਅਤੇ ਆਪਣੇ ਦਾਅਵੇ ਵਧਾ ਚੜਾ ਕੇ ਪੇਸ਼ ਕਰ ਰਹੇ ਹਨ। ਜੀਰੜ ਸਾਹਿਬ ਭੈਣ ਜੀ, ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕਾਫੀ ਦਿਨ ਹੋ ਗਏ ਵਿੱਚ, ਪਹਿਲੇ ਸੈਗਮੈਂਟਸ ਦੇ ਵਿੱਚ ਗੈਪ ਵੀ ਹੈ ਜੀ, ਪਰ ਉਹਨਾਂ ਨੇ ਜਿੰਨੀਆਂ ਘਟਨਾਵਾਂ ਵੀ ਕਹੀਆਂ ਉਹ ਸਾਰੀਆਂ ਮੀਡੀਆ ਰਿਪੋਰਟਸ ਨੇ ਸਾਹਮਣੇ ਨੇ ਜੀ, ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ। ਔਰ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਨਾਲ ਜੂਨ 84 ਦੇ ਹਮਲੇ ਲਈ ਜਿਹੜੀ ਫੌਜ ਅਫਸਰ ਜ਼ਿੰਮੇਵਾਰ ਸੀ ਉਹਨਾਂ ਨੂੰ ਸੱਦ ਕੇ ਵਾਈਟ ਉਸ ਵੇਲੇ ਦੇ ਰਾਸ਼ਟਰਪਤੀ ਭਵਨ ਦੇ ਵਿੱਚ ਜ਼ੈਦ ਸਿੰਘ ਨੇ ਆਨਰ ਕੀਤਾ ਸੀ। ਔਰ ਹੁਣ ਵੀ ਜਿਹੜੇ ਫੌਜੀ ਅਫਸਰ ਮੁਸਲਮਾਨ ਦੀ ਗੱਲ ਕੀਤੀ, ਇਸਰਾਰ ਖਾਨ, ਉਸ ਦੇ ਇੰਟਰਵਿਊ ਚਾਰੇ ਪਾਸੇ ਆਏ ਨੇ ਔਰ ਉਹਨੇ ਕਿਹਾ ਜੀ ਬਹੁਤ ਹਥਿਆਰ ਸੀ, ਬਹੁਤ ਸਾਡੀ ਫੌਜੀਆਂ ਦੀ ਕੁਰਬਾਨੀ, ਦਿਸ ਦੈਟ। ਸੋ ਉਹਦੇ ਨਾਲ ਉਹ ਦੋ ਮਕਸਦ, ਇੱਕ ਪਾਸੇ ਸਿੱਖਾਂ ਨੂੰ ਬਦਨਾਮ ਕਰਦੇ ਨੇ ਔਰ ਇੱਕ ਮੁਸਲਮਾਨ ਅਫਸਰ ਨੂੰ ਪਿੱਕ ਕਰਕੇ ਦੱਸਣਾ ਚਾਹੁੰਦੇ ਨੇ ਕਿ ਮੁਸਲਮਾਨ ਸਿੱਖ ਕਿਵੇਂ ਇੱਕ ਦੂਜੇ ਦੇ ਅਗੇਂਸਟ ਨੇ, ਇੱਕ ਮੁਸਲਮਾਨ ਕਿੰਨਾ ਦੇਸ਼ ਭਗਤ ਹੈ ਔਰ ਅੰਦਰ ਸਿੱਖ ਜਿਹੜੇ ਨੇ ਉਹ ਗਦਾਰੀ ਕਰ ਰਹੇ ਸੀ ਔਰ ਹਥਿਆਰਬੰਦ ਹੋ ਕੇ ਉਹ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨਾ ਚਾਹੁੰਦੇ ਸੀ। ਇਸੇ ਤਰ੍ਹਾਂ ਉਹਨਾਂ ਨੇ ਯੂਪੀ ਦੇ ਸਿੱਖ ਦਾ ਜ਼ਿਕਰ ਕੀਤਾ ਵੀ ਨਾਲੇ ਉਸ ਨੌਜਵਾਨ ਦੇ ਕੇਸ ਕੱਟੇ, ਫਿਰ ਉਹ ਤੋਂ ਇਕਬਾਲੀਆ ਬਿਆਨ ਲੈ ਲਿਆ, ਫਿਰ ਪੁਲਿਸ ਨੂੰ ਕ੍ਰੈਡਿਟ ਦਿੱਤਾ ਜੀ ਇਹਨੇ ਤਾਂ ਫਿਰਕੂ ਹਿੰਸਾ ਭੜਕਾਉਣਾ ਚਾਹੁੰਦਾ ਸੀ, ਅਸੀਂ ਇਸ ਨੂੰ ਕਾਬੂ ਕੀਤਾ। ਐਗਜ਼ਾਮੀਨੇਸ਼ਨ ਸੈਂਟਰਸ ਦੀ ਗੱਲ, ਉਹ ਭਾਵੇਂ ਮੈਡੀਕਲ ਟੈਸਟ ਹੋਣ, ਦੂਜੇ ਹੋਣ, ਕਿ ਕਿਵੇਂ ਬੱਚੇ ਬੱਚੀਆਂ ਦੇ ਕੜੇ ਤੱਕ ਲਵਾ ਲਏ ਗਏ, ਜਿਹੜੀ ਇੱਕ ਗੱਲ ਦੱਸਦੀ ਹੈ ਵੀ ਕਿਸ ਹੱਦ ਤੱਕ ਅੱਜ ਸਾਡੀ ਧਾਰਮਿਕ ਆਜ਼ਾਦੀ ਦੀ ਗੱਲ ਭਾਰਤ ਦੇ ਨਕਸ਼ੇ ਦੇ ਵਿੱਚ ਰਹਿ ਗਈ ਹੈ। ਔਰ ਫਿਰ ਉਹਨਾਂ ਨੇ ਕਿਹਾ ਕਸ਼ਮੀਰੀ ਸਿੱਖਾਂ ਦਾ ਮਸਲਾ ਵੀ ਮੀਡੀਆ ਭਾਵੇਂ ਉੱਥੋਂ ਹੋਰ ਕਵਰੇਜ ਕਰਦਾ ਪਰ ਉਹ ਇਸ਼ੂ ਹੀ ਸਾਹਮਣੇ ਨਹੀਂ ਆਉਂਦਾ ਵੀ ਕਿਵੇਂ ਕਸ਼ਮੀਰੀ ਸਿੱਖਾਂ ਦੇ ਨਾਲ, ਜਿਨ੍ਹਾਂ ਦੀ ਮੰਗ ਹੈ ਕਿ ਸਾਨੂੰ ਮਾਈਨੋਰਟੀ ਰੈਕਗਨਾਈਜ਼ ਕਰੋ, ਕਸ਼ਮੀਰੀ ਪੰਡਤਾਂ ਨੂੰ ਕਰਨ ਦੇ ਲਈ ਉੱਥੇ ਸੈਨਿਕ ਕਾਲੋਨੀ ਬਣਾਉਣ ਨੂੰ ਤਿਆਰ ਨੇ, ਤੇ ਜਿਹੜੇ ਸਿੱਖ ਉੱਥੇ ਰਹਿੰਦੇ ਨੇ ਜਿਹੜੇ ਕਿ ਹਰ ਹਾਲਤ ਦੇ ਵਿੱਚ ਉਹਨਾਂ ਨੇ ਫੇਸ ਕੀਤਾ ਹਰ ਸਿਚੁਏਸ਼ਨ ਨੂੰ, ਉਹਨਾਂ ਨੂੰ ਮਾਈਨੋਰਟੀ ਹੱਕ ਵੀ ਦੇਣ ਨੂੰ ਤਿਆਰ ਨਹੀਂ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਸਮਾਗਮ ਜੋ ਦਿੱਲੀ 'ਚ, ਉੱਥੇ ਬਿਲਕੁਲ ਬੰਦਾ ਵੈਰਾਗੀ ਬਣਾ ਕੇ RSS ਨੇ ਉਹਦਾ ਭਗਵਾ ਕਰਨ, ਸਿੱਖ ਵੀ ਉਸ ਕਿਸਮ ਦੇ ਮਨਜੀਤ ਸਿੰਘ GK ਵਰਗੇ, ਬਾਦਲ ਵਰਗੇ ਉੱਥੇ ਜਾ ਕੇ ਕਹਿ ਰਿਹਾ, ਬਾਦਲ ਕਿਹਾ ਜੀ ਇਹ ਤਾਂ ਮੰਦਰ ਹੈ ਔਰ ਇਹ GK ਚੋਰ, ਜਿਹਦੇ ਖਿਲਾਫ਼ ਅੱਜ ਖਬਰ ਵੀ ਹੈ ਕਿ ਫਰੋਡ ਦਾ ਉਹਦੀ ਕੰਪਨੀ ਕਿ ਕਿੰਨੇ ਕਰੋੜ ਕਿਸੇ ਤੋਂ 5-6 ਕਰੋੜ ਲੈ ਕੇ ਮੁੱਕਰ ਗਏ, ਪਹਿਲਾਂ ਕਿਹਾ ਜੀ ਇਹ ਜ਼ਮੀਨ 'ਚ ਅਸੀਂ ਡਿਵੈਲਪ ਕਰਾਂਗੇ, ਉਹਨੇ ਕੇਸ ਕੀਤਾ ਕੋਰਟ। ਸੋ ਇਹ ਸਾਰੇ ਚੋਰ ਨੇ ਔਰ ਇਹ RSS ਔਰ ਏਜੰਸੀਆਂ ਸਮਝਦੀਆਂ ਨੇ ਚੰਗੀ ਤਰ੍ਹਾਂ ਔਰ ਇਸ ਲਈ ਉਹ ਇਹਨਾਂ ਨੂੰ ਵਰਤਦੇ ਨੇ ਟੂ ਦਾ ਹਿਲਟ। ਔਰ ਉਹਨਾਂ ਨੇ ਕਿਹਾ ਕਿ ਕਿਵੇਂ ਉਹਨਾਂ ਨੇ ZTV ਨੇ ਬੰਦੇ ਵੈਰਾਗੀ ਨੂੰ ਬਿਲਕੁਲ ਭਾਰਤ ਦਾ ਆਈਕੋਨ ਬਣਾ ਦਿੱਤਾ, ਯਾਨੀ ਕਿ ਬਿਲਕੁਲ ਉਹਦਾ ਸਿੱਖੀ ਵਾਲਾ ਪਾਰਟ ਹੀ ਗਾਇਬ ਕਰ ਦਿੱਤਾ। ਫਿਰ ਉਹਨਾਂ ਨੇ ਇਹ ਕਿਹਾ ਵੀ ਕਿਵੇਂ ਇੱਕ ਪਾਸੇ ਮਲੇਰਕੋਟਲੇ 'ਚ ਬੇਅਦਬੀ ਹੁੰਦੀ ਹੈ, ਕੁਰਾਨ ਮਜ਼ੀਦ ਦੀ 24 ਘੰਟਿਆਂ 'ਚ ਫੜੇ ਜਾਂਦੇ ਨੇ, ਪਰ ਇਹ ਜਦੋਂ ਉਹਨਾਂ ਨੇ ਲਿਖਿਆ ਹੋਏਗਾ ਉਦੋਂ ਤੱਕ ਇਹਨਾਂ ਨੂੰ ਇਹ ਨਹੀਂ ਸੀ ਵੀ ਕਿਵੇਂ ਇਸ ਦੀਆਂ ਅੱਗੋਂ ਤੰਦਾਂ ਲਿਜਾ ਕੇ ਆਮ ਆਦਮੀ ਪਾਰਟੀ ਦਾ MLA ਦਿੱਲੀ 'ਚੋਂ ਜੇ ਇਸ ਨੂੰ ਗ੍ਰਿਫਤਾਰ ਵੀ ਕੀਤਾ ਔਰ ਕੇਸ ਉੱਥੋਂ ਤੱਕ ਪਹੁੰਚਾ ਦਿੱਤਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਫਿਲਮੀ ਔਰ ਜੋ ਕੁਛ ਸਾਰੇ ਪੀਰੀਅਡ 'ਚ ਹੋਇਆ, ਸਿੱਖਾਂ ਦੀ ਕੁਰਬਾਨੀ, ਬਹਿਬਲ ਕਲਾਂ, ਬਰਗਾੜੀ, USRF ਦੀਆਂ ਰਿਪੋਰਟਾਂ ਔਰ ਦੂਸਰੇ ਇੰਟਰਨੈਸ਼ਨਲ ਹਿਊਮਨ ਰਾਈਟਸ 'ਤੇ, ਉਹਨਾਂ ਨੇ ਕਿਹਾ ਵੀ ਇਹ ਸਭ ਇੰਟਰਨੈਸ਼ਨਲ ਐਫਰਟ ਖੂਹ ਖਾਤੇ 'ਚ। ਔਰ ਇੱਕ ਪਾਸੇ ਜਿਹੜਾ ਸਿੱਖਾਂ ਦੇ ਮਾਮਲੇ ਜੇ ਕੋਈ ਲੁਧਿਆਣੇ 'ਚ ਫੜਿਆ ਤਾਂ ਉਹਨੂੰ ਕਹਿ ਦਿੱਤਾ ਜੀ ਇਹ ਸਲੀਪਰ ਸੈੱਲ ਹੈ ਔਰ ਰਿਪੇਅਰ ਦੇ ਨਾਂ ਹੇਠਾਂ ਕਿਵੇਂ ਗੁਰੂ ਰਾਮਦਾਸ ਰਾਂ ਔਰ ਦੂਸਰੀਆਂ ਦੀ ਕਰੰਟ ਅਸੀਂ ਡਿਸਕਸ ਕੀਤਾ ਸੀ ਬਰਬਾਦੀ ਕੀਤੀ ਜਾ ਰਹੀ ਹੈ। ਸੋ ਬਿਲਕੁਲ ਇਹ ਜ਼ਖਮਾਂ 'ਤੇ ਲੂਣ ਛਿੜਕਣਾ, ਪਰ ਜਿਸ ਕੌਮ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾ ਰਿਹਾ, ਜੇ ਉਹਦਾ ਵੱਡਾ ਹਿੱਸਾ ਉਸ ਲੂਣ ਛਿੜਕਣ ਨੂੰ ਵੀ ਇੰਜੋਏ ਕਰ ਰਿਹਾ ਹੋਏ ਜਾਂ ਉਹਨਾਂ ਨੂੰ ਇਹ ਲੱਗੇ ਹੀ ਨਾ
ਉਹ ਕਹਿਣ ਜੀ ਚਲੋ ਲੂਣ ਹੀ ਛਿੜਕਿਆ ਸਾਡੀ ਲੱਤ ਤੇ ਨਹੀਂ ਵੱਡੀ ਜੀ। ਸੋ ਜੇ ਇਹੋ ਜਿਹੇ ਹਾਲਾਤ ਹੋਣਗੇ ਤੇ ਮੇਰਾ ਖਿਆਲ ਹੈ ਕਿ ਦੁਸ਼ਮਣ ਇਵੇਂ ਹੀ ਅੱਗੇ ਵੱਧਦਾ ਜਾਏਗਾ। ਸੋ ਅਸੀਂ ਜਿੱਥੇ ਭੈਣ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਬੜੇ ਵੇਰਵੇ ਦੇ ਨਾਲ ਹਰ ਚੀਜ਼ ਨੂੰ ਜਿਹੜਾ ਉਹ ਪ੍ਰੋਪਰ ਪਰਸਪੈਕਟਿਵ ਦੇ ਵਿੱਚ ਦੇਖਦੇ ਨੇ, ਉੱਥੇ ਅਸੀਂ ਇਹ ਮਹਿਸੂਸ ਵੀ ਕਰਦੇ ਹਾਂ ਕਿ ਸਾਡੀ ਕੌਮ ਦਾ ਵੱਡਾ ਹਿੱਸਾ ਇਸ ਵੇਲੇ ਇੱਕ ਗਫਲਤ ਦੇ ਵਿੱਚ ਹੈ, ਨੀਂਦ 'ਚ ਹੈ, ਪਤਾ ਨਹੀਂ ਡੀਸੈਂਸਟਾਈਜ਼ ਹੋ ਗਏ ਨੇ ਜਾਂ ਕੀ ਗੱਲ ਹੈ। ਔਰ ਉੱਥੋਂ ਵਾਲਿਆਂ ਨਾਲ ਵੀ ਜਦੋਂ ਤੁਸੀਂ ਕਮਿਊਨੀਕੇਟ ਕਰਦੇ ਹੋ, ਕਈ ਵਾਰੀ ਬਹੁਤਿਆਂ ਨੂੰ ਸਮਝਾਉਣਾ ਔਖਾ ਹੁੰਦਾ ਕਿ ਹੋਇਆ ਕੀ ਹੈ। ਜੀ ਡਾਕਟਰ ਸਾਹਿਬ, ਅਸੀਂ ਲੈਂਦੇ ਹਾਂ ਬ੍ਰੇਕ। ਵੀਅਰਸ, ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।